अभी सुन रहे हो चावला न्यूज नेटवर्क टोरंटो CNN टोरंटो। ਜਿਹਦਾ ਨਾਂ ਆਇਆ ਸੀ 2007 ਦੇ ਵਿੱਚ ਕਿ ਮਰਡਰ ਹੋਇਆ ਸੀਗਾ ਜੀ, ਸ਼ਾਇਦ ਗੁਪਤਾ ਸੰਦੀਪ ਗੁਪਤਾ ਮੁੰਡਾ ਸੀ। ਉਸ ਮਰਡਰ ਕੇਸ ਦੇ ਵਿੱਚ ਜਿਹੜਾ ਸੀ ਇਹਨਾਂ ਨੂੰ 2004 ਦੇ ਵਿੱਚ ਸੈਸ਼ਨ ਕੋਰਟ ਨੇ ਚਾਰ ਬੰਦੇ ਹੋਰ ਸੀ, ਪੰਜਾਂ ਨੂੰ ਬਰੀ ਕਰਤਾ ਸੀ। ਉਹ ਕੇਸ ਮੁੜ ਕੇ ਹਾਈਕੋਰਟ ਚਲਾ ਗਿਆ ਤੇ ਹਾਈਕੋਰਟ ਜਾ ਕੇ ਹੁਣ ਕੇਸ ਜਦੋਂ ਖੁੱਲਾ ਉਹਦੀ ਸੁਣਵਾਈ ਸ਼ੁਰੂ ਹੋਈ ਤੇ ਅਜੇ ਮਿਸ਼ਰਾ ਟੈਣੀ ਜਿਹੜਾ ਸੀ ਇਹ ਸੁਪਰੀਮ ਕੋਰਟ ਗਿਆ ਵੀ ਮੇਰਾ ਜਿਹੜਾ ਕੇਸ ਆ ਉਹ ਨਖਲਊ ਬੈਂਚ ਨਹੀਂ ਅਲਾਹਾਬਾਦ ਹਾਈਕੋਰਟ ਦਿੱਤਾ ਜਾਵੇ। ਲੇਕਿਨ ਸੁਪਰੀਮ ਕੋਰਟ ਨੇ ਕਿਹਾ ਬਿਲਕੁਲ ਨਹੀਂ, ਇਹ ਲਖਨਊ ਬੈਂਚ ਹੀ ਸੁਣੇਗਾ। ਉਸ ਕੇਸ ਚ ਪੋਸੀਬਿਲਟੀ ਆ ਵੀ ਅਜੇ ਮਿਸ਼ਰਾ ਸੈਣੀ ਨੂੰ ਹਾਈਕੋਰਟ ਚੋਂ ਸਜ਼ਾ ਹੋ ਸਕਦੀ, ਉਹ ਕੇਸ ਬਹੁਤ ਸਟਰੋਂਗ। ਦੂਸਰੇ ਪਾਸੇ ਆਸ਼ੀਸ਼ ਮਿਸ਼ਰਾ ਜਿਹੜਾ ਪਿਓ ਪਾਪੀ ਅਤੇ ਪੋਪੀ ਪੁੱਤ ਵੀ ਪਾਪੀ ਨਿਕਲਿਆ, ਜਿਹਨੇ ਇੱਕ ਗੱਡੀ ਹੇਠਾਂ ਦੇ ਕੇ ਚਾਰ ਕਿਸਾਨ ਦਰੜ ਤੇ ਇੱਕ ਪੱਤਰਕਾਰ ਨਾਲ ਦਰੜਤਾ ਤੇ ਉਹਦੇ ਰਿਵੈਂਜ ਦੇ ਵਿੱਚ ਫਿਰ ਇੱਕ ਡਰਾਈਵਰ ਮਾਰਿਆ ਗਿਆ ਤੇ ਦੋ ਜਿਹੜੇ ਸੀ ਉਹ ਭਾਜਪਾ ਦੇ ਕਰਤੂ ਮਾਰੇ ਗਏ। ਟੋਟਲ 8 ਕਤਲ ਹੋਏ ਸੀਗੇ। ਉਸ ਕੇਸ ਦੇ ਵਿੱਚ ਪਹਿਲਾਂ ਤੇ ਪੁਲਿਸ ਮੁਕਦਮਾ ਦਰਜ ਕਰਨ ਲਈ ਤਿਆਰ ਨਹੀਂ ਸੀਗੀ, ਕਹਿੰਦੀ ਸੀ ਨਹੀਂ ਜੀ ਤੇ ਐਕਸੀਡੈਂਟ ਆ, ਇਹ ਤੇ ਐਕਸੀਡੈਂਟ ਹੋਇਆ ਵਾ। ਤੇ ਅਜੇ ਮਿਸ਼ਰਾ ਕਹਿ ਰਿਹਾ ਜੀ ਮੈਂ ਤੇ ਗੱਡੀ ਚਲਾਈ ਨਹੀਂ ਸੀ ਰਿਹਾ, ਡਰਾਈਵਰ ਚਲਾ ਰਿਹਾ ਸੀਗਾ। ਤੇ ਜਦੋਂ ਫਿਰ ਵੀਡੀਓ ਸਾਹਮਣੇ ਆਈ ਡਰਾਈਵਰ ਤੇ ਪਿੱਛੇ ਬੈਠਾ ਸੀ, ਅੱਗੇ ਕਿੱਥੋਂ ਆ ਗਿਆ? ਬਿਲਕੁਲ ਬਿਲਕੁਲ ਸੀਟ ਤੇ ਤੇ ਧੂਆ ਬੈਠਾ ਜੀ ਭਾਈ। ਫਿਰ ਸੁਪਰੀਮ ਕੋਰਟ ਨੇ ਇਹਦੇ ਵਿੱਚ ਮੋਨੀਟਰ ਕੀਤਾ। ਸੁਪਰੀਮ ਕੋਰਟ ਦੀ ਮੋਨੀਟਰਿੰਗ ਦੇ ਉੱਤੇ ਬਕਾਇਦਾ ਤੌਰ ਤੇ ਫਿਰ ਮੁਕੱਦਮਾ 13 ਬੰਦਿਆਂ ਦੇ ਖਿਲਾਫ਼ ਦਰਜ ਹੋਇਆ। ਉਹਦੇ ਵਿੱਚ ਕਾਊਂਟਰ ਕ੍ਰੋਸ ਪਰਚਾ ਦਰਜ ਹੋਇਆ ਵੀ ਜਿਹੜੇ 3 ਬੰਦੇ ਬਾਕੀ ਮਾਰੇ ਗਏ ਸੀ ਉਹ ਕਿਸਾਨਾਂ ਤੇ ਹੋਇਆ, ਸਿੱਖਾਂ ਤੇ ਹੋਇਆ, ਉਹ ਵੀ ਅੰਦਰ ਨੇ ਇਹ ਵੀ ਅੰਦਰ। ਇਹਦੇ ਵਿੱਚ ਜਿਹੜਾ ਮਿਸ਼ਰਾ ਸੀਗਾ, ਮਿਸ਼ਰੇ ਨੇ ਆਪਣੀ ਬੇਲ ਲਾਈ ਸੀ ਬਕਾਇਦਾ ਤੌਰ ਤੇ ਹਾਈਕੋਰਟ ਦੇ ਵਿੱਚ, ਹਾਈਕੋਰਟ ਚ ਲਾਈ ਸੀ ਤੇ ਹਾਈਕੋਰਟ ਦੇ ਵਿੱਚ ਉਹਨੇ ਕਿਹਾ ਸੀ ਇਹਨੂੰ, ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਲਖਨਊ ਬੈਂਚ ਨੇ। ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਚ ਕਿਸਾਨ ਗਏ, ਹਾਈਕੋਰਟ ਕੋਲ ਜਾ ਕੇ ਹਾਈਕੋਰਟ ਦੇ ਮੁੱਦੇ ਰੱਖੇ ਵੀ ਇਹਨੂੰ ਜ਼ਮਾਨਤ ਕਿਵੇਂ ਮਿਲ ਗਈ ਆ। ਸੁਪਰੀਮ ਕੋਰਟ ਨੇ ਫਿਰ ਚੀਫ ਜਸਟਿਸ ਜਿਹੜਾ ਹੈਗਾ ਸੀ ਅਲਾਹਾਬਾਦ ਹਾਈਕੋਰਟ ਦਾ, ਉਹਨੂੰ ਕਿਹਾ ਕਿ ਰਿਵਿਊ ਕੀਤਾ ਜਾਵੇ। ਜਦੋਂ ਰਿਵਿਊ ਕੀਤਾ ਤੇ ਮੁੜ ਕੇ ਉਹਦੀ ਬੇਲ ਖਾਰਜ ਕਰ ਦਿੱਤੀ ਗਈ, ਉਹਨੂੰ ਫਿਰ ਜੇਲ ਜਾਣਾ ਪਿਆ ਸੀਗਾ 10-15 ਦੇ ਘਰ ਰਹਿ ਕੇ। ਹੁਣ ਉਹਨੇ ਆਪਣੀ ਜਿਹੜੀ ਬੇਲ ਸੀ ਉਹ ਸੁਪਰੀਮ ਕੋਰਟ ਚਲਾਈ ਸੀ ਵੀ ਮੈਨੂੰ ਬੇਲ ਦਿੱਤੀ ਜਾਵੇ। ਉਸ ਬੇਲ ਦੇ ਉੱਤੇ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਕਾਰਵਾਈ ਕਰਦਿਆਂ ਇੱਥੋਂ ਦੇ ਸੈਸ਼ਨ ਜੱਜ ਲਖੀਮਪੁਰ ਦੇ ਸੈਸ਼ਨ ਜੱਜ ਨੂੰ ਇੱਕ ਚਿੱਠੀ ਲਿਖੀ, ਉਹਦੇ ਕੋਲ ਰਿਪੋਰਟ ਮੰਗੀ ਵੀ ਜਿਹੜਾ ਇਹ ਕੇਸ ਆ ਇਹਨੂੰ ਕਿੰਨਾ ਕੁ ਸਮਾਂ ਲੱਗੇਗਾ। ਉਹਨੇ ਕਿਹਾ ਜੀ 217 ਗਵਾਹ ਨੇ, ਇਹਦੇ ਵਿੱਚ 171 ਫਾਈਲਾਂ ਨੇ ਤੇ 40 ਦੇ ਕਰੀਬ ਜਿਹੜੀਆਂ ਰਿਪੋਰਟਾਂ ਨੇ ਲੈਬਸ ਦੀਆਂ ਜੀ, ਉਹਦੇ ਉੱਤੇ ਵਿਚਾਰ ਕਰਨ ਵਾਸਤੇ, ਉੱਤੇ ਚਰਚਾ ਕਰਨ ਵਾਸਤੇ, ਉਹਨੂੰ ਪੜ੍ਹਨ ਵਾਸਤੇ, ਉਹਨੂੰ ਲਿਖਣ ਵਾਸਤੇ ਘੱਟੋ ਘੱਟ 5 ਸਾਲ ਦਾ ਸਮਾਂ ਲੱਗੇਗਾ। ਤੇ ਜਦੋਂ ਇਹ ਰਿਪੋਰਟ ਗਈ ਸੀ ਤੇ ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵੀ ਲੰਮਾ ਸਮਾਂ ਕਿਸੇ ਨੂੰ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ, ਤੇ ਇਸੇ ਮੰਚ ਤੇ ਆਪਾਂ ਉਦੋਂ ਕਿਹਾ ਸੀ ਵੀ ਪੋਸੀਬਿਲਟੀ ਆ ਵੀ ਆਸ਼ੀਸ਼ ਮਿਸ਼ਰੇ ਨੂੰ ਬੇਜਾਨਤ ਮਿਲ ਜਾਵੇ। ਅੱਜ ਉਹਨੂੰ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ। ਜ਼ਮਾਨਤ ਕਿਸ ਭਿਆਵ ਤੇ ਦਿੱਤੀ ਆ? ਇਹੀ ਦਿੱਤਾ ਵਾ ਵੀ 5 ਸਾਲ ਕੇਸ ਰਹਿਣਾ ਵਾ, ਲੇਕਿਨ ਜ਼ਮਾਨਤ ਸ਼ਰਤਾਂ ਦੇ ਸਾਥ ਦਿੱਤੀ ਹੈ। ਇੰਟਰਮ ਬੇਲ ਦਿੱਤੀ ਆ 2 ਮਹੀਨੇ ਦੀ, ਸਿਰਫ 8 ਹਫ਼ਤਿਆਂ ਦੀ, ਵੀ 8 ਹਫ਼ਤੇ ਵੇਖਾਂਗੇ ਵੀ ਇਹ ਕੀ ਕਰਦਾ ਵਾ। ਤੇ ਨਾਲ ਇਹ ਕਹਿਤਾ ਵੀ ਉਹ ਉੱਤਰ ਪ੍ਰਦੇਸ਼ ਤੇ ਦਿੱਲੀ ਵਿੱਚ ਨਹੀਂ ਰਹਿ ਸਕਦਾ, ਚੁੱਪ ਕਰਕੇ ਆਪਣਾ ਕੰਮ ਕਰੇ ਬਾਹਰ ਦੇ ਰਹਿ ਕੇ, ਜੇ ਉਹਨੇ ਕੋਈ ਕਿਸੇ ਕਿਸੇ ਦੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੀ ਬੇਲ ਇਮੀਜੀਏਟਲੀ ਜਿਹੜੀ ਆ ਉਹ ਖਾਰਜ ਕਰ ਦਿੱਤੀ ਜਾਏਗੀ। ਪੜੀ ਸਾਹਿਬ, ਗੱਲਾਂ ਚੋਂ ਗੱਲਾਂ ਨਿਕਲਦੀਆਂ, ਰਾਮ ਰਹੀਮ ਵੀ ਬਾਹਰ ਮਨਜ਼ੂਰੀ ਮਿਲੀ ਬੇਲ 'ਤੇ, ਸੁਪਰੀਮ ਕੋਰਟ ਨੇ ਵੀ ਇੱਥੋਂ ਹੁਣ ਆਸ਼ੀਸ਼ ਮਿਸ਼ਰਾ ਨੂੰ ਵੀ ਬੇਲ 'ਤੇ ਗ੍ਰਾਂਟ ਕਰਤਾ। ਸਾਡੇ ਜਿਹੜੇ ਕਹਿ ਲਓ ਬੰਦੀ ਸਿੱਖ ਨੇ, ਕੀ ਸਰਕਾਰ ਡਰਦੀ ਹੈ ਜਿਹਨਾਂ ਨੂੰ ਬੇਲ ਦੇਣ ਤੋਂ?
ਕੀ ਸਰਕਾਰਾਂ ਕਹਿੰਦੇ ਨੇ ਕਿ ਜੇ ਉਹ ਬਾਹਰ ਆ ਜਾਂਦੇ ਆ ਤਾਂ ਸਾਨੂੰ ਕੌਣ ਪੁੱਛੂਗਾ? ਕੀ ਇਹਦੇ ਵਿੱਚ ਕੋਈ ਫੁੱਲੀ ਪੋਲੀਟੀਕਲ ਗੇਮ ਚੱਲ ਰਹੀ ਹੈ ਜੀ? ਜਿਹਨੇ ਮਰਡਰ ਕੀਤਾ ਉਹਨੂੰ ਤੁਸੀਂ ਬੇਲ 'ਤੇ, ਜਿਹਨੇ ਇੰਨੇ ਵੱਡੇ ਕਾਂਡ ਕੀਤੇ ਉਹ ਵੀ ਬੇਲ 'ਤੇ, ਅਤੇ ਬੰਦੀ ਸਿੰਘਾਂ ਨੂੰ ਤੁਸੀਂ ਹਾਲੇ ਤੱਕ ਰਿਹਾ ਹੀ ਨਹੀਂ ਕਰ ਰਹੇ। ਗੱਲ ਮਨਾ ਮਾਮਲਾ ਮਨਿਓਰਟੀ ਦਾ, ਰਾਜੀਵ ਗਾਂਧੀ ਕਤਲ ਕਾਂਡ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਛੱਡ ਦਿੱਤਾ ਗਿਆ। ਛੱਡਿਆ ਕਿਉਂ ਗਿਆ? ਕਿਉਂਕਿ ਤਾਮਿਲਨਾਡੂ ਦੀ ਵਿਧਾਨ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਵੀ ਛੱਡ ਦਿੱਤਾ ਜਾਵੇਗਾ। ਉਦੋਂ ਸੀਬੀਆਈ ਸੁਪਰੀਮ ਕੋਰਟ ਚਲੀ ਗਈ ਸੀ, ਉਹ ਕਹਿੰਦੇ ਸੀ ਜਾਂਚ ਅਸੀਂ ਕੀਤੀ, ਤੇ ਸੁਪਰੀਮ ਕੋਰਟ ਨੇ ਕਿਹਾ ਸੀ ਬਿਲਕੁਲ ਠੀਕ ਜਾਂਚ ਤੁਸੀਂ ਕੀਤੀ। ਬਾਅਦ ਦੇ ਵਿੱਚ ਜਦੋਂ ਉਹਨਾਂ ਦੀ ਗੱਲ ਸੁਣੀ ਤੇ ਸੁਪਰੀਮ ਕੋਰਟ ਨੂੰ ਛੱਡਣਾ ਪਿਆ ਵੀ ਇਹਨੂੰ ਹੱਕ ਆ, ਸਟੇਟ ਗੌਰਮੈਂਟ ਫੈਸਲਾ ਲੈ ਸਕਦੀ ਆ। ਉਸ ਤੋਂ ਪਹਿਲਾਂ ਜਿਹੜੀ ਉਹ ਨਲਨੀ ਸੀਗੀ ਇਸ ਕਤਲ ਕਾਂਡ ਦੇ ਵਿੱਚ ਇਨਵੋਲਵ, ਉਹਨੂੰ ਜਾ ਕੇ ਪ੍ਰਿਯੰਕਾ ਗਾਂਧੀ ਮਿਲ ਕੇ ਆਈ ਸੀ, ਦੋਵੇਂ ਕੁੜੀਆਂ ਉੱਥੇ ਮਿਲੀਆਂ ਸੀ, ਰੋਈਆਂ ਸੀ, ਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਸੀ ਜਾਂ ਤੈਨੂੰ ਮਾਫ ਕੀਤਾ। ਉਹਨਾਂ ਦੀ ਰਿਹਾਈ ਹੋ ਗਈ ਕਿਉਂਕਿ ਉੱਥੋਂ ਦੀ ਜਨਤਾ ਨੇ, ਉੱਥੋਂ ਦੇ ਬਕਾਇਦਾ ਤੌਰ ਤੇ ਵਿਧਾਨ ਸਭਾ ਨੇ ਸਰਬਸੰਮਤੀ ਦਾ ਮਤਾ ਪਾਸ ਕੀਤਾ ਸੀ। ਤੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਲੋਕ ਅੱਜ ਰੌਲਾ ਪਾ ਰਹੇ ਆ ਨਾ ਵੀ ਰਾਮ ਰਹੀਮ ਨੂੰ ਬੇਲ ਕਿਉਂ ਦਿੱਤੀ ਆ, 15 ਸਾਲ ਉਹਨਾਂ ਦੀ ਸਰਕਾਰ ਰਹੀ ਆ, ਉਹਨਾਂ ਕੋਲ ਇੰਨੇ MLA ਸੀ ਕਿ ਬਹੁਤ ਸੰਮਤੀ ਨਾਲ ਮਤਾ ਪਾਸ ਪਾ ਕੇ ਭੇਜ ਸਕਦੇ ਸੀ ਵੀ ਅਸੀਂ ਇਹਨਾਂ ਨੂੰ ਛੱਡਣ ਦੀ ਜਿਹੜੀ ਉਹ ਮੰਗ ਕਰ, ਉਦੋਂ ਨਹੀਂ ਕੀਤੀ। ਹੁਣ ਦਸਖਤਾਂ ਕਰਾਉਂਦੇ ਫਿਰਦੇ ਆ, 12 ਲੱਖ ਦਸਤਖਤ ਕਰਾ ਲਏ ਜੀ, ਉਹ ਅਸੀਂ ਰਾਜਪਾਲ ਨੂੰ ਦੇਣੇ ਆ, ਦਿਓ, ਚੰਗੀ ਗੱਲ। ਹੁਣ ਗੱਲ ਮਨਿਓਰਟੀ ਦੀ ਕਿੱਥੇ ਆਉਂਦੀ ਹੈ? ਦਵਿੰਦਰ ਪਾਲ ਭੁੱਲਰ ਨੂੰ 2019 ਦੇ ਵਿੱਚ ਕੇਂਦਰ ਸਰਕਾਰ ਨੇ ਕਹਿ ਦਿੱਤਾ ਵੀ ਇਹ ਜਿਹੜੇ ਬੰਦੀ ਸਿੰਘ ਇਹਨਾਂ ਨੂੰ ਛੱਡ ਦਿੱਤਾ ਜਾਵੇ। ਲੇਕਿਨ ਛੱਡਣੇ ਕਿਹਨੇ ਆ? ਜਿਹੜੀਆਂ ਸਟੇਟ ਗੌਰਮੈਂਟਾਂ ਆਉਂਦੀਆਂ ਨੇ। ਦਵਿੰਦਰ ਪਾਲ ਭੁੱਲਰ ਦਾ ਕੇਸ ਜਿਹੜਾ ਸੀ ਉਹ ਦਿੱਲੀ ਸਰਕਾਰ ਦਾ ਸੀ ਤੇ ਦਿੱਲੀ ਸਰਕਾਰ ਨੇ ਅਜੇ ਤੱਕ ਛੱਡਿਆ ਨੀ। ਜਿਹੜੀ ਸਰਕਾਰ ਕਹਿੰਦੀ ਸੀ ਨਾ ਭਗਵੰਤ ਮਾਨ ਵਰੀ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ LG ਕੋਲੇ ਫਾਈਲ ਪਈ, LG ਨੀ ਕਰ ਰਿਹਾ, ਅੱਜ ਫਾਈਲ ਕਿੱਥੇ ਕਿਤੇ ਨੀ ਹੈਗੀ। ਜਿਹੜਾ ਜੇਲ੍ਹ ਮੰਤਰੀ ਆ, ਜਿਹੜੀ ਇਹਨਾਂ ਕੈਦੀਆਂ ਨੂੰ ਰਿਹਾਅ ਕਰਨ ਦੀ ਕਮੇਟੀ ਬਣੀ ਹੈ ਇੱਕ, ਉਹਦੀ 9 ਮਾਰਚ 2022 ਨੂੰ ਮੀਟਿੰਗ ਹੋਈ, ਮੁੜ ਕੇ ਉਸ ਤੋਂ ਬਾਅਦ ਮੀਟਿੰਗ ਨਹੀਂ ਹੋਈ। ਉਸ ਮੀਟਿੰਗ 'ਚ ਪੈਂਡਿੰਗ ਪਾ ਦਿੱਤਾ ਸੀ ਵੀ ਅਗਲੀ ਮੀਟਿੰਗ ਸੋਚਾਂਗੇ ਕੀ ਕਰਨਾ। ਜਿਹੜੇ ਹਰਵਿੰਦਰ ਸਿੰਘ ਸਰਨਾ ਵਾ ਉਹ ਬਕਾਇਦਾ ਤੌਰ 'ਤੇ ਜਾ ਕੇ ਮਿਲੇ ਸੀ ਸਾਡੇ ਕੇਜਰੀਵਾਲ ਸਾਹਿਬ ਨੂੰ, ਉਹਨਾਂ ਨੇ ਕਿਹਾ ਸੀ ਤੁਸੀਂ ਇਹਨਾਂ ਨੂੰ ਛੱਡ ਦਿਓ, ਅਸੀਂ ਤੁਹਾਡੀ ਸਪੋਰਟ ਕਰਾਂਗੇ ਇਲੈਕਸ਼ਨ ਦੇ ਵਿੱਚ। ਉਹਨਾਂ ਕਿਹਾ ਤੁਹਾਡੀ ਸਪੋਰਟ ਦੀ ਲੋੜ ਨਹੀਂ, ਅਸੀਂ ਬਿਲਕੁਲ ਨਹੀਂ ਛੱਡਣਾ ਇਹਨਾਂ ਨੂੰ ਕਿਉਂਕਿ ਇਹ ਖੂੰਖਾਰ ਅੱਤਵਾਦੀ। ਹੁਣ ਆ ਜਾਂਦੇ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਵੀ ਸਿਚੁਏਸ਼ਨ ਉਹੀ ਆ। ਜੇ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਜਿਹੜੀ ਆ ਉਹ ਇੱਕ ਬੰਦਾ ਦਵਿੰਦਰਪਾਲ ਸਿੰਘ ਭੁੱਲਰ ਜਿਹਦਾ ਕਸੂਰ ਕੋਈ ਨਹੀਂ ਹੈਗਾ, 161 ਦੇ ਬਿਆਨਾਂ ਦੇ ਵਿੱਚ ਉਹਨੂੰ ਜਿਹੜਾ ਸੀ ਰਗੜਿਆ ਗਿਆ, ਫਾਂਸੀ ਦੀ ਸਜ਼ਾ ਉਹਦੀ ਮਾਫ਼ ਹੋਈ, ਉਹਨੇ ਜਿੰਨੀ ਉਹਦੀ ਸਜ਼ਾ ਹੋ ਚੁੱਕੀ ਉਹਨੂੰ ਵੈਸੇ ਰਿਹਾ ਕਰਨਾ ਚਾਹੀਦਾ। ਜੇ ਉਹ ਨਹੀਂ ਰਿਹਾ ਕੀਤਾ ਤੇ ਫਿਰ ਸਾਡੇ ਇੱਥੇ ਜਿਹੜੇ ਬੰਦੀ ਆ ਉਹ ਕਿਵੇਂ ਰਿਹਾ ਕਰ ਦਿੱਤੇ ਜਾਣਗੇ? ਹੁਣ ਉਸ ਤੋਂ ਅਗਲੀ ਗੱਲ ਆਉਂਦੇ ਹਾਂ ਜੀ। ਜਿਹੜੇ ਸਾਡੇ ਬੰਦੀ ਸਿੰਘ ਆ ਜੀ, ਗੁਰਮੀਤ ਸਿੰਘ ਨਾਂ ਦਾ ਇੱਕ ਵਿਅਕਤੀ ਆ। ਗੁਰਮੀਤ ਸਿੰਘ ਜਦੋਂ ਕੋਰੋਨਾ ਪੀਰੀਅਡ ਸੀ ਆਪਣੇ ਘਰ ਦੇ ਵਿੱਚ 1.5 ਸਾਲ ਪੈਰੋਲ ਤੇ ਰਿਹਾ। ਜਿਹੜੇ ਬੰਦੇ ਨੇ 1.5 ਸਾਲ ਕੋਈ ਖਰਾਬੀ ਨਹੀਂ ਕੀਤੀ, ਕੋਈ ਸ਼ਿਕਾਇਤ ਨਹੀਂ ਆਈ, ਉਹਨੇ ਆਪਣਾ ਜਿਹੜਾ ਸੀ ਰਸ ਭਿੰਨਾ ਜੀਵਨ ਬੀਤੀ ਕੀਤਾ, ਉਹਨੇ ਜਦੋਂ ਹਾਈਕੋਰਟ 'ਚ ਇੱਕ ਐਪਲੀਕੇਸ਼ਨ ਦਿੱਤੀ ਕਿ ਮੇਰੀ ਸਜ਼ਾ ਪੂਰੀ ਹੋ ਗਈ ਹੈ, ਮੈਨੂੰ ਰਿਹਾਅ ਕੀਤਾ ਜਾਵੇ। ਹਾਈਕੋਰਟ ਸਰਕਾਰ ਨੂੰ ਪੁੱਛਦੀ ਆ ਤੇ ਸਰਕਾਰ ਕੀ ਕਹਿੰਦੀ ਆ? ਸਰਕਾਰ ਉੱਥੋਂ ਦੇ DC ਨੂੰ, ਪਟਿਆਲੇ ਦੇ ਨੂੰ ਤੇ ਨਾਲ SSP ਨੂੰ ਪੁੱਛਦੀ ਆ, ਔਰ ਉਹ ਦੋਵੇਂ ਕਹਿੰਦੇ ਆ ਕਿ ਇਹਨੂੰ ਰਿਹਾਅ ਕਰਨਾ ਕਈ ਪ੍ਰਕਾਰ ਦੀਆਂ ਪ੍ਰੋਬਲਮ ਖੜੀਆਂ ਹੋ ਸਕਦੀਆਂ ਨੇ ਜੀ, ਜਿਹਦੇ ਕਰਕੇ ਉਹਦੀ ਰਿਹਾਈ ਰੁਕ ਗਈ। ਇਸ ਕਰਕੇ ਅਸੀਂ ਮਨਿਓਰਟੀ 'ਚ, ਅਸੀਂ ਇਕੱਠੇ ਨਹੀਂ, ਅਸੀਂ ਵੱਖਰੀ ਵੱਖਰੀ ਡਫਲੀ ਵਜਾ ਰਹੇ ਹਾਂ। ਹਰ ਕੀ ਕਹਿੰਦਾ ਕਲਗਾ ਮੈਨੂੰ ਲੱਗ ਜੇ, ਕ੍ਰੈਡਿਟ ਮੈਂ ਲੈ ਲਾ। ਭਾਈ ਕ੍ਰੈਡਿਟ ਵਾਰ ਦੇ ਪਿੱਛੇ ਨਾ ਪਾਓ, ਇਹ ਗੇਮ 'ਚ ਪੈ ਗਏ ਤੇ ਬੰਦੀ ਸਿੰਘ ਰਿਹਾ ਨਹੀਂ ਹੋਣੇ। ਇਕੱਠੇ ਹੋ ਕੇ ਮੰਚ 'ਤੇ ਇੱਕ ਜ਼ੋਰ ਲਾਓ
ਤੇ ਕੁਛ ਬਣ ਜੂਗਾ, ਅਦਰਵਾਈਜ਼ ਬੰਦੀ ਸਿੰਘ ਰਿਹਾ ਨਹੀਂ ਜਾਣਾ। ਸਾਡੇ ਨਾਲ ਕਾਲਰ ਨੇ ਜੀ ਭੱਟੀ ਸਾਹਿਬ, ਇਹਨਾਂ ਦੀ ਪਹਿਲੀ ਕਾਲ ਆਉਂਦੀ ਹੈ 905-813-1320। ਇਸ ਕਾਲ ਨੂੰ ਸਵੀਟ ਮਹਿਲ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਹੈ ਜੀ, ਜਿਹੜੀ ਅਜੇ ਮਿਸ਼ਰਾ ਨੂੰ ਜਮਾਨਤ ਮਿਲੀ ਹੈ ਕਿਉਂਕਿ ਕੇਸ 5 ਸਾਲ ਚੱਲਣਾ, ਦੂਸਰੇ ਪਾਸੇ ਜਿਹੜੇ ਕਿਸਾਨ ਵੀ ਫੜੇ ਆ 3-4 ਤੁਸੀਂ ਦੱਸਿਆ, ਕੀ ਉਹਨਾਂ ਨੂੰ ਵੀ ਜਮਾਨਤ ਮਿਲੂਗੀ? ਜੀ ਭੱਟੀ ਸਾਹਿਬ। ਬਿਲਕੁਲ ਜੀ, ਇਹ ਬਿਲਕੁਲ ਤੁਹਾਡਾ ਸਵਾਲ ਵਧੀਆ, ਮੈਂ ਭੁੱਲ ਗਿਆ ਦੱਸਣਾ, ਉਹਦੇ ਬਾਰੇ ਵੀ ਟਿੱਪਣੀ ਕੀਤੀ ਸੀ ਵੀ ਉਹ ਅਪਲਾਈ ਕਰਨਗੇ ਤੇ ਉਹਨਾਂ ਦੀ ਜਮਾਨਤ ਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਜੇ ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦੀ ਤੇ ਉਹਨਾਂ ਨੂੰ ਸੈਸ਼ਨ ਕੋਰਟ ਚ ਅਪਲਾਈ ਕਰਨਾ ਚਾਹੀਦਾ, ਉੱਥੋਂ ਹੀ ਬੇਲ ਮਿਲ ਜਾਏਗੀ ਉਹਨਾਂ ਨੂੰ, ਜੇ ਅਪਲਾਈ ਨਹੀਂ ਕਰਨ ਤੇ ਫਿਰ ਹੀ ਹੈ ਨਾ ਜੀ। ਜੀ ਦੂਸਰਾ, ਜਿੱਦਾਂ ਪ੍ਰਿਯੰਕਾ ਗਾਂਧੀ ਨੇ ਉਹਦੀ ਨਲਨੀ ਨੂੰ ਮਾਫ਼ ਕੀਤਾ ਸੀਗਾ ਮਿਲ ਕੇ, ਏਦਾਂ ਕੁੱਕੀ ਗਿੱਲ ਨੂੰ ਵੀ ਅਜੇ ਮਾਕਨ ਦੀ ਕੁੜੀ ਨੇ ਮਾਫ਼ ਕੀਤਾ ਨਾ, ਉਹਦੀ ਸਜ਼ਾ ਮਾਫ਼ ਕਰਾਈ ਸੀਗੀ? ਜੀ 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 ਕੀਤਾ ਕੀਤਾ ਜੀ। ਅਗਲੀ ਖਬਰ ਵੱਲ ਅਸੀਂ ਵਧਦੇ ਹਾਂ ਜੀ। ਜੋ ਗੁਆਂਢੀ ਮੁਲਕ ਤੋਂ ਕਹਿੰਦੇ ਨੇ ਕਿ ਪ੍ਰਾਈਮ ਮਿਨਿਸਟਰ ਸਾਹਿਬ ਸ਼ਹਬਾਜ਼ ਸ਼ਰੀਫ ਕਹਿੰਦੇ ਨੇ ਕਿ ਇੰਡੀਆ ਦੇ ਨਾਲ ਅਸੀਂ ਵਧੀਆ ਰਿਲੇਸ਼ਨ ਬਣਾਉਣਾ ਚਾਹੁੰਦੇ ਨੇ, ਕਿਸ ਬੇਸ ਤੇ ਉਹ ਹੱਥ ਬਣਾਉਣਾ ਚਾਹੁੰਦੇ ਨੇ ਜੀ ਭੱਟੀ ਸਾਹਿਬ? ਵੇਖੋ, ਜਿਹੜਾ ਸਾਡਾ ਗੁਆਂਢੀ ਮੁਲਕ ਆ ਜੀ, ਜੀ ਸ਼ਹਿਬਾਜ਼ ਸ਼ਰੀਫ ਨੇ ਇਹ ਗੱਲ ਕਹੀ, ਅਸੀਂ 3 ਜੰਗਾਂ ਲੜ ਕੇ ਵੇਖ ਲਈਆਂ, ਉਹਨਾਂ ਦਾ ਕੋਈ ਬੈਨੀਫਿਟ ਨਹੀਂ ਹੋਇਆ, ਸਾਡਾ ਵੀ ਨੁਕਸਾਨ ਹੋਇਆ ਤੇ ਤੁਹਾਡਾ ਵੀ ਨੁਕਸਾਨ ਹੋਇਆ। ਚੰਗੀ ਗੱਲ ਇਹ ਆ ਕਿ ਅਸੀਂ ਦੋਵੇਂ ਮੁਲਕ ਇੱਕ ਦੂਜੇ ਨਾਲ ਮਿਲ ਕੇ ਚੱਲੀਏ, ਵਪਾਰ ਕਰੀਏ, ਇੱਕ ਨੂੰ ਮਿਲੀਏ ਕਰੀਏ। ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦੇ ਉੱਤੇ ਵਾਹਗਾ ਸਰਹੰਦ ਰਹੀ ਕੋਈ 250 ਵਸਤਾਂ ਆਉਂਦੀਆਂ ਸੀ, 20-25 ਵਸਤਾਂ ਸ਼ੁਰੂ ਕੀਤਾ, ਮੁੜ ਕੇ 250 ਤੇ ਪਹੁੰਚ ਗਏ ਸੀ। ਜਦੋਂ ਫਿਰ ਮੋਦੀ ਸਰਕਾਰ ਆਈ, ਸਿਜੇ ਸਿਜੇ ਇਹਨਾਂ ਵਾਹਗਾ ਬਾਰਡਰ ਬੰਦ ਕਰ ਦਿੱਤਾ। ਉਹ ਬੰਦ ਕਰਨ ਤੋਂ ਬਾਅਦ ਫਿਰ ਕਰਤਾਰਪੁਰ ਲਾਂਘਾ ਵੀ ਖੁੱਲ੍ਹਾ, ਫਿਰ ਵੀ ਮੰਗ ਉੱਠੀ ਵੀ ਤੁਸੀਂ ਇਹ ਵਾਹਗਾ ਬਾਰਡਰ ਖੋਲੋ, ਲੇਕਿਨ ਨਹੀਂ ਖੋਲਿਆ ਗਿਆ। ਹੁਣ ਜੇ ਸ਼ਹਿਬਾਜ਼ ਸ਼ਰੀਫ ਆ, ਸ਼ਹਿਬਾਜ਼ ਸ਼ਰੀਫ ਨਵਾਜ਼ ਸ਼ਰੀਫ ਦਾ ਭਰਾ ਵਾ, ਜਿਨ੍ਹਾਂ ਨੂੰ ਅਣਦੱਸੇ ਰਸਤੇ ਚੋਂ ਹੀ ਮੋਦੀ ਸਾਹਿਬ ਨੇ ਕਹਿ ਦਿੱਤਾ ਸੀ ਵੀ ਕਿੱਥੇ ਆ ਭਾਈ, ਉਹ ਕਹਿੰਦਾ ਮੈਂ ਇੱਥੇ ਹੀ ਆਪਣੇ ਘਰ ਹੀ ਹਾਂ। ਕਹਿੰਦਾ ਫਿਰ ਤੇਰੇ ਮੈਂ ਦੇਸ਼ ਤੋਂ ਉੱਡ ਰਿਹਾ, ਮੈਂ ਉਤਰਾ ਥੱਲੇ, ਕਹਿੰਦਾ ਆ ਜਾ, ਤੇ ਉਹ ਉਹਨੂੰ ਲੈਣ ਵਾਸਤੇ ਉੱਥੇ ਏਅਰਪੋਰਟ ਤੇ ਆ ਗਿਆ, ਤੇ ਉੱਥੋਂ ਦੋਵੇਂ ਜਾਣੇ ਉਹਦੇ ਜਨਮ ਦਿਨ ਤੇ ਵਧਾਈ ਦੇਣ ਚਲੇ ਗਏ। ਸ਼ਾਇਦ ਉਹਦੀ ਪੋਤਰੀ ਕਿ ਦੋਤਰੀ ਦੀ ਸ਼ਾਦੀ ਸੀ, ਉਹਦੀ ਮੋਦੀ ਸਾਹਿਬ ਜਾ ਕੇ ਸ਼ਮੂਲੀਅਤ ਕੀਤੀ ਸੀ ਉਹਨਾਂ ਨੇ, ਤੇ ਪਹਿਲੀ ਵਾਰੀ ਮੋਦੀ ਸਾਹਿਬ ਸੋਚ ਚੁੱਕੀ ਸੀ, ਉਦੋਂ ਬੁਲਾਇਆ ਵੀ ਸੀ ਉਹਨਾਂ ਨੂੰ। ਉਸ ਤੋਂ ਬਾਅਦ ਇਮਰਾਨ ਖਾਨ ਦੀ ਸਰਕਾਰ ਆ ਗਈ, ਇਮਰਾਨ ਸਰਕਾਰ ਨਾਲ ਇਹਨਾਂ ਦੇ ਬਹੁਤੇ ਸੰਬੰਧ ਚੰਗੇ ਨਹੀਂ ਸੀਗੇ। ਹੁਣ ਸ਼ਹਿਬਾਜ਼ ਸ਼ਰੀਫ ਜਿਹੜਾ ਨਵਾਜ਼ ਸ਼ਰੀਫ ਦਾ ਭਰਾ ਵਾ, ਉਹ ਪ੍ਰਧਾਨ ਮੰਤਰੀ ਬਣਿਆ ਤੇ ਉਹਨੇ ਰੋਣਾ ਰੋਇਆ ਵੀ 3 ਜੰਗਾਂ ਲੜੀਆਂ ਤੇ ਖੱਟਿਆ ਕੁਛ ਨਹੀਂ, ਸਾਡਾ ਨੁਕਸਾਨ ਹੀ ਨੁਕਸਾਨ ਹੋਇਆ। ਕਿੰਨਾ ਚੰਗਾ ਹੋਵੇ ਵੀ ਆਪਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਬਕਾਇਦਾ ਤੌਰ ਤੇ ਕੁਛ ਨਾ ਕੁਛ ਚੰਗਾ ਕਰੀਏ, ਤਾਂ ਕਿ ਦੋਵਾਂ ਧਿਰਾਂ ਦੇ ਵਿੱਚ ਆਪਣੀ ਕੋਈ ਏਕਤਾ ਬਣੀ ਰਹੇ, ਆਪਣੇ ਦੋਵਾਂ ਦੀ ਕੋਈ ਜਿਹੜੀ ਆ ਉਹ ਬਕਾਇਦਾ ਤੌਰ ਤੇ ਕੋਈ ਸੁਧਾਰ ਹੋ ਸਕੇ, ਕੋਈ ਆਪਣੇ ਵਪਾਰ ਵੱਧ ਸਕੇ। ਹੁਣ 1 ਮਈ ਦੇ ਵਿੱਚ ਇੱਕ ਹੈ ਸੰਘਈ ਸੰਯੋਗ ਸੰਗਠਨ ਹੈਗਾ, ਇਹਦੇ ਮੈਂਬਰ ਨੇ 5-7 ਦੇਸ਼, ਇਹਨਾਂ ਦੀ ਮੀਟਿੰਗ ਜਿਹੜੀ ਆ ਉਹ ਇੰਡੀਆ ਦੇ ਵਿੱਚ ਗੋਆ ਦੇ ਵਿੱਚ 4 ਮਈ ਤੇ 5 ਮਈ ਨੂੰ ਹੋਣੀ। ਹੁਣ ਸਾਡੇ ਜਿਹੜੇ ਐਸ ਜੈਸ਼ੰਕਰ ਨੇ ਮੰਤਰੀ, ਉਹਨਾਂ ਨੇ ਉੱਥੋਂ ਦੇ ਹਮਰ ਤੋਂ ਬਾਅਦ ਜਿਹੜੇ ਵਿਦੇਸ਼ ਮੰਤਰੀ ਆ ਬਿਲਾਵਲ ਭੁੱਟੋ, ਉਹਨੂੰ ਇੱਕ ਸੱਦਾ ਪੇਪਰ ਭੇਜਿਆ ਵਾ ਕਿ ਤੁਸੀਂ ਇਸ ਮੀਟਿੰਗ 'ਚ ਸ਼ਮੂਲੀਅਤ ਕਰੋ। ਜੇ ਉਹ ਮਈ ਦੇ ਵਿੱਚ ਉਸ ਮੀਟਿੰਗ 'ਚ ਸ਼ਮੂਲੀਅਤ ਕਰਦੇ ਆ, ਤੇ ਫਿਰ ਥੋੜ੍ਹੀ ਥੋੜ੍ਹੀ ਨੇੜਤਾ ਦੋਵਾਂ ਧਿਰਾਂ 'ਚ ਵਧੇਗੀ। ਇਸ ਸੰਘਈ ਦੇ ਜਿਹੜੇ ਮੈਂਬਰ ਆ ਉਹ ਰੂਸ ਆ, ਚੀਨ ਆ, ਪਾਕਿਸਤਾਨ ਆ, ਕਿਰਗਿਸਤਾਨ ਆ, ਤਜਾਕਿਸਤਾਨ ਆ, ਉਜ਼ਬੇਕਿਸਤਾਨ ਆ ਤੇ ਭਾਰਤ ਆ। ਹੁਣ ਪਾਕਿਸਤਾਨ ਨੂੰ ਸੱਦਾ ਪੱਤਰ ਦੇ ਦਿੱਤਾ, ਤੁਹਾਨੂੰ ਪਤਾ ਹੋਏਗਾ 8 ਸਾਲ ਪਹਿਲਾਂ ਇੱਕ ਸੱਦਾ ਪੱਤਰ ਦਿੱਤਾ ਸੀ, ਉਦੋਂ ਉੱਥੋਂ ਕੋਈ ਨਹੀਂ ਸੀ ਆਇਆ ਕਿਉਂਕਿ ਟੈਨਸ਼ਨ ਸੀਗੀ। ਇਸ ਕਰਕੇ 12 ਸਾਲਾਂ ਬਾਅਦ ਪਹਿਲੀ ਵਾਰੀ ਉੱਥੋਂ ਹੁਣ ਉੱਥੋਂ ਦਾ ਵਿਦੇਸ਼ ਮੰਤਰੀ ਸਾਡੇ ਇੰਡੀਆ 'ਚ ਆ ਕੇ ਕੋਈ ਸ਼ਮੂਲੀਅਤ ਕਿਸੇ ਮੀਟਿੰਗ 'ਚ ਕਰੇਗਾ। ਅਸੀਂ ਕਹਿੰਦੇ ਚੰਗੀ ਗੱਲ ਆ,
आंदे हुंदे आ हमसाया मादा साया, जे तुहाडे गुआंढियां दा संबंध चंगे आ ते समझ लो साडी दुनिया दा चंगे ने। इस करके संबंध उहदे चंगे होने चाहिए ताकि व्यापार हो सके। 905-813-1320 फॉर्मर सैक्रटरी ऑफ स्टेट अमेरिका दे विच ना उन्होंने एक किताब लिखी सी बालाकोट हमले दे विच कि उन्होंने कहा कि इंडिया दे फॉरेन मिनिस्टर सुषमिता स्वराज ने कहा कि पाकिस्तान ने उस टाइम न्यूक्लियर अटैक करने का इरादा किया सी इंडिया दे विच। की खबर आ रही है जी इसकी? ਇਹ ਹੈਗੇ ਸੀ ਨਾ ਜੀ ਸਾਡੇ ਮਾਈਕ ਪੋਪੀਓ, ਇਹ USA ਦੇ ਸਾਬਕਾ ਵਿਦੇਸ਼ ਮੰਤਰੀ। ਪਰੰਤੂ ਪਟਪਟੀ ਸਾਹਿਬ ਇੱਕ ਸੈਕਿੰਡ, ਖਬਰ ਦੀ ਲੰਬੀ ਲੈ ਚੁਣੀ ਹੈ, ਕਾਲਰ ਆਏ ਨੇ, ਆਪਾਂ ਪਹਿਲਾਂ ਕਾਲ ਲੈ ਲਈਏ ਫਿਰ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਜੀ। ਲੈਂਦੇ ਪਹਿਲੀ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਖੁੱਲਿਆ ਸੀਗਾ ਉਦੋਂ ਬੱਬੂ ਮਾਨ ਨੇ ਇੱਕ ਗੀਤ ਗਾਇਆ ਤਾ, ਇੱਕ ਲਾਂਘਾ ਦਾ ਖੁੱਲ ਗਿਆ ਦੂਜਾ ਵੀ ਹੁਣ ਖੋਲ ਦਿਓ, ਮੈਂ ਬੋਲਦਾ ਅੱਲਾ ਤੁਸੀਂ ਵਾਹਿਗੁਰੂ ਬੋਲ ਦਿਓ। ਉਦੋਂ ਵੀ ਅਸੀਂ ਰੇਡੀਓ ਤੇ ਬੇਨਤੀ ਕਰਦੀ ਵੀ ਜੇ ਪਾਕਿਸਤਾਨ ਨਾਲ ਸਾਡਾ ਵਪਾਰ ਖੁੱਲ ਜਾਵੇ ਸਾਡੇ ਸਾਰੇ ਧੋਣੇ ਧੋਏ ਜਾਣ। ਉਦੋਂ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ, ਕਿਹਾ ਹੁਣ ਨਵਾਜ਼ ਸ਼ਰੀਫ ਦੀ ਬੇਨਤੀ ਤੇ ਕੋਈ ਧਿਆਨ ਗੌਰਮੈਂਟ ਦੇ ਦੇਊਗੀ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਵੀਰ ਜੀ 10 ਮਿੰਟ ਇਸੇ ਗੱਲ ਤੇ ਲਾਏ ਆ, ਮੈਂ ਉਹੀ ਚਲੋ ਐਨੀਵੇਜ਼ ਬੜੀ ਸਾਹਿਬ ਰਿਪੀਟ ਨਹੀਂ ਕਰਨੀ ਉਹ ਗੱਲ ਨੂੰ, ਆਈ ਡੋਨਟ ਨੋ ਇਹਨਾਂ ਦਾ ਧਿਆਨ ਕਿੱਥੇ ਸੀ, ਉਹੀ ਗੱਲ ਆਪਾਂ ਦੁਬਾਰਾ ਬੋਲ ਚੁੱਕੇ ਹਾਂ ਜੀ। ਪਰ ਤੁਸੀਂ ਅਜੀ ਇਹਦੀ ਇਹਦੀ ਖਬਰ ਬਾਰੇ ਗੱਲ ਕਰਦੇ ਜੀ। ਇਹ ਵਿਦੇਸ਼ ਮੰਤਰੀ, ਸਾਬਕਾ ਵਿਦੇਸ਼ ਮੰਤਰੀ ਹੈਗੇ ਆ ਮਾਈਕ ਪੋਪੀਓ USA ਦੇ, ਇਹਨਾਂ ਨੇ ਇੱਕ ਕਿਤਾਬ ਲਿਖੀ ਨੈਵਰ ਗਿਵ ਐਨ ਇੰਚ। ਇਸ ਕਿਤਾਬ ਦੇ ਵਿੱਚ ਉਹ ਲਿਖਦੇ ਨੇ ਵੀ ਜਿਹੜੀ ਜਦੋਂ ਅਸੀਂ ਬਾਲਾਕੋਟ ਕੀਤਾ ਵਾ, ਜਦੋਂ ਸਾਡਾ ਸਰਜੀਕਲ ਸਟ੍ਰਾਈਕ ਕੀਤੀ ਹੈ ਇੰਡੀਆ ਨੇ, ਉਸ ਟਾਈਮ ਦੇ ਉੱਤੇ ਉਹ ਕਹਿੰਦੀ ਜਿਹੜੀ ਸੁਸ਼ਮਾ ਸਵਰਾਜ ਸਾਡੀ ਵਿਦੇਸ਼ ਮੰਤਰੀ ਹੁੰਦੀ ਸੀ, ਉਹ ਕਹਿੰਦੀ ਮੈਨੂੰ ਉਹ ਨੌਕ ਕਰਦੀ, ਮੈਂ ਸੁੱਤਾ ਤੇ ਉੱਠਦਾ ਮੈਂ ਫੋਨ ਸੁਣਦਾ ਉਹਦਾ। ਉਹ ਇਹ ਕਹਿ ਰਹੀ ਆ ਕਿ ਪਾਕਿਸਤਾਨ ਜਿਹੜਾ ਵਾ ਉਹ ਪਰਮਾਣੂ ਹਥਿਆਰ ਵਰਤਣ ਦੀ ਸੋਚ ਰਿਹਾ ਵਾ ਇੰਡੀਆ ਦੇ ਉੱਤੇ, ਤੁਸੀਂ ਇਹਦੇ ਬਾਰੇ ਕੀ ਸੋਚ ਰਹੇ? ਉਹ ਕਹਿੰਦਾ ਇਹੋ ਜਿਹੀ ਕੋਈ ਗੱਲਬਾਤ ਹੈ ਸਾਡੇ ਨੋਟਿਸ ਕੁਛ ਨਹੀਂ ਹੈਗਾ, ਤੇ ਨਾਲ ਇਹ ਵੀ ਕਿਹਾ ਵੀ ਜੇ ਉਹਨੇ ਵਰਤੇ ਤੇ ਫਿਰ ਡਿਜ਼ਾਸਟਰ ਹੋਏਗਾ, ਫਿਰ ਅਸੀਂ ਵੀ ਵਰਤਾਂਗੇ। ਉਸ ਚੀਜ਼ ਨੂੰ ਲੈ ਕੇ ਉਹਨਾਂ ਆਪਣੀ ਕਿਤਾਬ 'ਚ ਲਿਖਿਆ, ਉਹ ਕਹਿੰਦੇ ਵੀ ਇਮਚਿਓਰ ਮਨਿਸਟਰ ਸੀ ਜਿਹੜੀ ਮੇਰੇ ਨਾਲ ਗੱਲ ਕਰਦੀ ਹੈ, ਸੁਣੀ ਸਾਰੀ ਗੱਲ ਕਰਦੀ ਹੈ, ਜਿਹਦਾ ਕੋਈ ਵੀ ਤੁੱਕ ਨਹੀਂ ਸੀ ਹੈਗਾ, ਲੇਕਿਨ ਇਹ ਮੈਂ ਉਹਨੇ ਆਪਣੀ ਕਿਤਾਬ ਦੇ 'ਚ ਗੱਲ ਲਿਖੀ ਆ, ਇਹ ਸਾਡੇ ਵਾਸਤੇ ਬੜੀ ਵੱਡੀ ਗੱਲ ਆ, ਇਹ ਮਚਿਓਰ ਮਨਿਸਟਰ ਕਹਿਣਾ ਉਹਨੂੰ। ਹੁਣ ਬੀਬੀ ਸੁਸ਼ਮਾ ਸਵਰਾਜ ਇੱਥੇ ਹੈ ਨਹੀਂ, ਜੇ ਹੋਵੇ ਤਾਂ ਉਹਨੂੰ ਪੁੱਛ ਲਈ ਬੀਬੀ ਤੂੰ ਗੱਲ ਕੀਤੀ ਕਿ ਨਹੀਂ ਕੀਤੀ, ਜੇ ਉਹਨੇ ਲਿਖਿਆ ਤਾਂ ਕੋਈ ਗੱਲ ਜ਼ਰੂਰ ਹੋਈ ਹੋਊਗੀ। ਇਸ ਕਰਕੇ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖ ਕੇ ਤੇ ਇੱਕ ਨਵਾਂ ਸਵਾਲ ਖੜਾ ਕਰਤਾ, ਤੇ ਆਉਣ ਵਾਲੇ ਦਿਨ ਸਵਾਲ ਜ਼ਰੂਰ ਉੱਭਰੇਗਾ ਉੱਠੇਗਾ ਜੀ। 905-813-1320 ਪਠਾਨ ਅੱਜ ਰਿਲੀਜ਼ ਹੋ ਚੁੱਕੀ ਹੈ ਵਰਲਡ ਵਾਈਡ, ਤੇ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਕਈਆਂ ਇਲਾਕਿਆਂ ਦੇ ਵਿੱਚ ਲੱਗੀ ਤੇ ਕਈਆਂ ਇਲਾਕਿਆਂ ਦੇ ਵਿੱਚ ਨਹੀਂ ਲੱਗੀ। ਕਾਫੀ ਕਹਿ ਲਓ ਕਿ ਨਿਰਾਸ਼ ਅਤੇ ਲੜਾਈ ਹੋ ਰਹੀ ਹੈ ਜੀ ਮੁਸਲਿਮ ਕਮਿਊਨਿਟੀ ਦੇ ਵਿੱਚ, ਕੀ ਖਬਰ ਆ ਰਹੀ ਹੈ ਜੀ? ਵੇਖੋ ਇੱਕ ਪਾਸੇ ਹਿੰਦੂ ਵਿਸ਼ਵ ਪ੍ਰੀਸ਼ਦ ਨੇ ਇਹ ਪਠਾਨ ਫਿਲਮ ਦੇ ਵਿੱਚ ਕੁਛ ਗੱਲਾਂ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਸੀ, ਉਹਨਾਂ ਹਟਾ ਹਟਾਉਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਹਿਤਾ ਵੀ ਸਾਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ, ਫਿਲਮ ਚੱਲੇ ਨਾ ਚੱਲੇ ਕੋਈ ਗੱਲ ਨਹੀਂ, ਤੇ ਫਿਲਮ ਜਿਹੜੀ ਸੀ ਬੁਕਿੰਗ ਬਹੁਤ ਜਲਦੀ ਹੋਈ, ਬਹੁਤ ਜ਼ਿਆਦਾ ਹੋਈ, ਬਹੁਤ ਜ਼ਿਆਦਾ। ਉਹਦੀ ਬੁਕਿੰਗ ਹੋਣ ਤੋਂ ਬਾਅਦ ਜਿਹੜੀ ਆ ਅੱਜ ਇੰਦੌਰ ਦੇ ਵਿੱਚ ਜਿਹੜੇ ਉੱਥੇ ਬਜਰੰਗ ਦਲ ਦੇ ਲੋਕ ਆ ਉਹਨਾਂ ਨੇ ਉੱਥੇ ਇੰਦੌਰ ਹੋਇਆ ਗਵਾਲੀਅਰ ਹੋਇਆ 3-4 ਸ਼ਹਿਰਾਂ 'ਚ ਫਿਲਮ ਨਹੀਂ ਚੱਲਣ ਦਿੱਤੀ, ਉੱਥੇ ਜਾ ਕੇ ਮੁਜ਼ਾਹਰੇ ਕੀਤੇ ਨੇ, ਗਾਲਾਂ ਕੱਢੀਆਂ ਨੇ ਆਪਣੇ ਸ਼ਾਹਰੁਖ ਖਾਨ ਨੂੰ, ਉਹਦੇ ਵਿਚਾਰੇ ਬੈਨਰ ਬਣਾ ਕੇ ਸਾੜੇ ਗਏ ਨੇ, ਉਹਦੇ ਪੁਤਲੇ ਸਾੜੇ ਗਏ ਨੇ ਵੀ ਇਹ ਦੇਸ਼ ਧਰੋਈ ਆ ਇਹ ਪਾਕਿਸਤਾਨੀ। ਉਹਦੇ ਵਿੱਚ ਜਿਹੜੇ ਬਜਰੰਗ ਦਲ ਵਿੱਚ ਸੀ ਉਹਨਾਂ ਹਜ਼ਰਤ ਮੁਹੰਮਦ ਬਾਦ ਸਾਹਿਬ ਬਾਰੇ ਕੁਛ ਕਿਹਾ, ਤੇ ਫਿਰ ਲੋਕ ਇਕੱਠੇ ਹੋ ਗਏ ਮੁਸਲਿਮ ਉੱਥੇ, ਉਹਨਾਂ ਆ ਕੇ ਥਾਣੇ ਦਾ ਘਰਾਓ ਕੀਤਾ। ਉਹ ਕਹਿੰਦੇ ਸਾਨੂੰ ਇਹਦਾ ਕੋਈ ਵਾਸਤਾ ਨਹੀਂ, ਤੁਸੀਂ ਸ਼ਾਹਰੁਖ ਖਾਨ ਨੂੰ ਗਾਲਾਂ ਕੱਢਦੇ ਕੱਢ ਲਓ, ਤੁਸੀਂ ਪਾਕਿਸਤਾਨੀ ਕਹਿਣਾ ਕਹਿ ਲਓ, ਐਂਟੀ ਐਂਟੀ ਇੰਡੀਆ ਕਹਿਣਾ ਕਹਿ ਲਓ, ਜੋ ਮਰਜ਼ੀ ਕੋਈ ਸਾਨੂੰ ਕੋਈ ਲੈਂਦਾ ਨਹੀਂ। ਜਿਹੜੀ ਤੁਸੀਂ ਗਲਤੀ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ਼ ਕੀਤੀ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਤੁਹਾਨੂੰ ਪਤਾ ਵਾ ਭਾਜਪਾ ਦੀ ਸਪੋਕਸ ਪਰਸਨ ਜੀ ਨੂਪੁਰ ਸ਼ਰਮਾ ਸੀਗਾ,
ਜਦੋਂ ਉਹਨੇ ਟਿੱਪਣੀ ਕੀਤੀ ਸੀ ਦੁਨੀਆਂ ਭਰ ਚ ਰੌਲਾ ਪੈ ਗਿਆ ਸੀ ਤੇ ਇਮੀਡੀਏਟਲੀ ਭਾਜਪਾ ਨੇ ਮਾਫ਼ੀ ਵੀ ਮੰਗ ਲਈ ਸੀ ਤੇ ਨੂਪੁਰ ਸਰਕਾਰ ਨੂੰ ਹਟਾ ਦਿੱਤਾ ਸੀ, ਸਸਪੈਂਡ ਵੀ ਕਰਤਾ ਸੀ ਭਾਜਪਾ ਜੀ। ਇਸ ਕਰਕੇ ਇੱਥੇ ਉਹਨਾਂ ਦਰਖਾਸਤ ਦਿੱਤੀ ਹੈ ਤੇ ਪੁਲਿਸ ਨੇ ਜਿਹੜਾ ਵਾ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਵਾ ਤੇ ਉਹ ਘਰਾਂ ਨੂੰ ਚਲੇ ਗਏ ਨੇ। ਉੱਥੇ ਬਜਰੰਗ ਦਲ ਨੇ ਫਿਲਮ ਨਹੀਂ ਚੱਲਣ ਦਿੱਤੀ, ਇੰਦੌਰ ਦੇ ਤਿੰਨ ਚਾਰ ਸਿਨੇਮਿਆਂ ਦੇ ਵਿੱਚ, ਭੋਪਾਲ ਚ ਨਹੀਂ ਚੱਲਣ ਦਿੱਤੀ, ਗਵਾਲੀਅਰ ਚੱਲ ਦਿੱਤੀ, ਬਾਕੀ ਦੇਸ਼ ਦੇ ਬਹੁਤ ਸਾਰੇ ਭਾਗਾਂ ਚ ਫਿਲਮ ਅੱਜ ਬੜੇ ਸਵੇਰੇ, ਪਹਿਲਾ ਸ਼ੋ ਸਵੇਰੇ 6 ਵਜੇ ਸ਼ੁਰੂ ਹੋ ਗਿਆ, ਫੁੱਲ ਹਾਊਸ ਗਿਆ ਬਿਲਕੁਲ। ਇਸ ਕਰਕੇ ਜਿਹੜੀ ਪਠਾਨ ਫਿਲਮ ਆ, ਜਿਹੜੇ ਸਾਡੇ ਉੱਥੋਂ ਦੇ ਹੈਗੇ ਨੇ ਜਿਹੜੇ ਆਪਾਂ ਕਹਿ ਲਈਏ ਬੁੱਧੀਜੀਵੀ ਲੋਕ ਜਾਂ ਜਿਹੜੇ ਸਾਡੇ ਉੱਥੋਂ ਦੇ ਬਾਲੀਵੁੱਡ ਦੇ ਜਿਹੜੇ ਆ ਪੰਡਿਤ, ਉਹ ਇਹ ਗੱਲ ਕਹਿੰਦੇ ਆ ਵੀ ਇਹ ਜਿਹੜੀ ਫਿਲਮ ਆ ਨਾ, ਇਹ ਸਾਡਾ ਜਿਹੜਾ ਕਾਲ ਪਿਆ ਮੰਦੀ ਜਿਹੜੀ ਆਈ ਸਾਡੇ ਤੇ ਉਹ ਦੂਰ ਕਰੇਗੀ। ਬਿਲਕੁਲ ਜੀ ਬਿਲਕੁਲ, ਬਾਕਸ ਆਫਿਸ ਤੇ ਬਹੁਤ ਵਧੀਆ ਇਸ ਵੇਲੇ ਫਿਲਮ ਕਰ ਰਹੀ ਹੈ ਜੀ। ਇੱਥੇ ਵੀ ਭਾਟੀ ਸਾਹਿਬ ਸਵੇਰ ਤੋਂ ਸ਼ੋਅ ਸ਼ੁਰੂ ਹੋ ਗਏ ਤੇ ਸੋਲਡ ਆਊਟ ਸ਼ੋਅ ਜਾ ਰਹੇ ਨੇ ਜੀ। ਸੋ ਬਹੁਤ ਸਾਰੀਆਂ ਸ਼ੁਭਕਾਮਨਾਵਾਂ। 3 ਸਾਲ ਬਾਅਦ ਸ਼ਾਹਰੁਖ ਨੇ ਇੱਕ ਵਾਰੀ ਫਿਰ ਤੋਂ ਪਰਦੇ ਤੇ, ਵੱਡੇ ਪਰਦੇ ਤੇ ਆਉਣ ਦੀ ਕੋਸ਼ਿਸ਼ ਕੀਤੀ ਐਂਡ ਹੋਪ, ਮੈਂ ਤਾਂ ਚਲੋ ਉਹਦਾ ਬਹੁਤ ਵੱਡਾ ਫੈਨ ਹੈ ਜੀ, ਅਸੀਂ ਤਾਂ ਮੈਂ ਤਾਂ ਤਕੜਾ ਫੈਨ ਹਾਂ ਉਸ ਦਾ। ਸੋ ਅਸੀਂ ਜ਼ਰੂਰ ਦੇਖਣ ਜਾਵਾਂਗੇ ਪਠਾਨ ਤੇ ਫਿਰ ਆਪਣੀ ਟਿੱਪਣੀ ਕਰਾਂਗੇ ਪ੍ਰੋਗਰਾਮ ਦੇ ਵਿੱਚ। ਭਾਟੀ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ। ਇੱਕ ਵਾਰੀ ਫਿਰ ਤੋਂ ਲਾਸਟ ਮੂਮੈਂਟ ਤੇ ਤੁਸੀਂ ਛੱਕਾ ਮਾਰਿਆ, ਥੈਂਕ ਯੂ ਸੋ ਮੱਚ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।